ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ ਲੈ ਕੇ ਹਾਜ਼ਰਾਂ ਮੁੱਦੇ ਕੀ ਬਾਤ ਅੱਜ ਤੋਂ ਅੰਮ੍ਰਿਤਸਰ ਵਿੱਚ ਹਾਰਟ ਆਫ ਏਸ਼ੀਆ ਸੰਮੇਲਨ ਸ਼ੁਰੂ ਹੋ ਗਿਆ ਹੈ ਇਹ ਸੰਮੇਲਨ ਦਾ ਮੁੱਖ ਮੁੱਦਾ ਹੈ دہشتਗਰਦੀ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕਾਨਫਰੰਸ ਵਿੱਚ ਪਾਕਿਸਤਾਨ ਵੀ ਹਿੱਸਾ ਲੈ ਰਿਹਾ ਹੈ ਪਾਕਿਸਤਾਨ ਅਜੀਹਾ ਦੇਸ਼ ਜਿਸ ਨੂੰ ਖੁਦ ਭਾਰਤ دہشتਗਰਦੀ ਦਾ ਜਨਮਦਾਤਾ ਕਹਿੰਦਾ ਹੈ ਪਾਕਿਸਤਾਨ ਸਪੌਂਸਰਡ دہشتਗਰਦੀ ਤੋਂ ਸਭ ਤੋਂ ਵੱਧ ਪਰੇਸ਼ਾਨ ਭਾਰਤ ਹੀ ਹੈ ਹਾਰਟ ਆਫ ਏਸ਼ੀਆ ਸਿਮਿਲਨ ਵਿੱਚ ਮੁੱਦਾ ਅਫਗਾਨਿਸਤਾਨ ਦੀ ਸੁਰੱਖਿਆ ਅਤੇ دہشتਗਰਦੀ ਦਾ ਇਸ ਸੰमेलन ਵਿੱਚ ਖੇਤਰੀ ਕਾਉਂਟਰ ਟੈਰਰਿਜ਼ਮ ਫਰੇਮਵਰਕ ਤੇ ਮੋਰ ਲਗਣੀ ਹੈ ਪਰ ਜਦੋਂ ਭਾਰਤ ਲਗਾਤਾਰ ਇਹ ਕਹਿ ਰਿਹਾ ਹੈ ਕਿ دہشتਗਰਦੀ ਦੇ ਖਾਤਮੇ ਤੋਂ ਬਿਨਾਂ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਜਦੋਂ ਲਗਾਤਾਰ ਪਾਕਿਸਤਾਨ ਦੇ ਭੇਜੇ دہشتਗਰਦ ਕਸ਼ਮੀਰ ਵਿੱਚ ਹਮਲੇ ਕਰ ਰਹੇ ਨੇ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਅਜਿਹੇ ਵਿੱਚ ਭਾਰਤ ਸਾਰਕ ਵਾਂਗ ਪਾਕਿਸਤਾਨ ਦਾ ਬਾਈਕਾਟ ਕਿਉਂ ਨਹੀਂ ਕਰਦਾ ਸਗੋਂ ਪਾਕਿਸਤਾਨ ਦੇ ਵਿਦੇਸ਼ ਨੀਤੀ ਸਲਾਹਕਾਰ ਨੂੰ ਬਕਾਇਦਾ ਕੌਮਾਂਤਰੀ ਮੰਚ ਕਿਉਂ ਦਿੱਤਾ ਜਾ ਰਿਹਾ ਹੈ ਅੱਜ ਦਾ ਸਾਡਾ ਮੁੱਦਾ ਇਹ ਹੈ ਕਿ دہشت ਦੇ ਸਰਤਾਜ ਅਜੀਜ਼ ਕਿਉਂ ਨੇ ਭਾਰਤ ਹਰਟ ਆਫ ਏਸ਼ੀਆ ਸਮਿਲਨ ਚ ਦਹਿਸ਼ਤ ਦੇ ਮੋਤੀ ਤੇ ਪਾਕਿਸਤਾਨ ਨੂੰ ਘੇਰ ਸਕਦਾ ਹੈ ਅਫਗਾਨਿਸਤਾਨ ਦੇ ਨਾਲ ਮਿਲ ਕੇ ਭਾਰਤ ਪਾਕਿਸਤਾਨ ਨੂੰ ਅਲੱਗ ਥਲੱਗ ਕਰ ਸਕਦਾ ਹੈ ਪਾਕਿਸਤਾਨ ਦੇ ਪੀਐਮ ਨਵਾਜ਼ ਸ਼ਰੀਫ ਦੀ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਵੀ ਇਸ ਸਮਿਲਨ ਚ ਹਿੱਸਾ ਲੈ ਰਹੇ ਨੇ ਅਜੀਜ਼ ਨੂੰ ਬੁਲਾਉਣ ਤੇ ਵਿਰੋਧੀਆਂ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਤੋ ਲਖਵਾ ਤੋ ਹਮਾਰੀ ਪਾਕਿਸਤਾਨ ਕੀ ਜੋ ਨੀਤੀ ਹੈ ਪਾਲਿਸੀ ਹੈ ਉਸਕੋ ਮਾਰ ਗਿਆ ਹੈ ਇਸਕੋ ਬੋਲਤੇ ਹੈ ਲਖਵਾ ਮਾਰ ਵਿਦੇਸ਼ ਨੀਤੀ ਮੋਦੀ ਸਰਕਾਰ ਕੀ ਕਹੀਂ ਵੀ स्पष्ट नीति पाकिस्तान को लेके नहीं है जिसका बहुत बड़ा खामियाजा इस देश को भुगतना पड़ रहा है आतंकी देश का हार्ट ऑफ एशिया के अंदर कोई जगह नहीं है हालांकि बीजेपी ने दलील है कि पाकिस्तान गल बात नहीं होगी पाकिस्तान के साथ बातचीत का कोई मतलब नहीं बनता पाकिस्तान के साथ अगर बातचीत होगी भविष्य में कभी तो पाकिस्तान ओकोपाई कश्मीर पर होगी बलुचिस्तान पर होगी हार्ट ऑफ एशिया सम्मेलन 2011 हजार ग्यारह ने शुरू होया ਇਹ ਸੰਮੇਲਨ ਅਫਗਾਨਿਸਤਾਨ ਤੇ ਇੰਸਤਾਨਬੁਲ ਪ੍ਰਕਿਰਿਆ ਦਾ ਹਿੱਸਾ ਹੈ ਹਾਰਟ ਆਫ ਏਸ਼ੀਆ ਸੰਮੇਲਨ ਚਕਰੀਬ 40 ਦੇਸ਼ਾਂ ਦੇ ਨੁਮਾਇंदे ਹਿੱਸਾ ਲੈ ਰਹੇ ਨੇ ਨਿਊਜ਼ ਰਿਪੋਰਟ ਸੀਬੀ ਤਾਂ ਸਾਡੀ ਚਰਚਾ ਸ਼ੁਰੂ ਕਰੀ ਉਸ ਤੋਂ ਪਹਿਲਾਂ ਕੁਝ ਸਵਾਲ ਨੇ ਜਿਹੜੇ ਤੁਹਾਡੇ ਨਾਲ ਅਸੀਂ ਸਾਂਝ ਜ਼ਰੂਰ ਕਰਾਂਗੇ ਇਨ੍ਹਾਂ ਸਵਾਲਾਂ ਦੇ ਆਲੇ ਦੁਆਲੇ ਜਿਹੜੀ ਹੈ ਸਾਡੀ ਚਰਚਾ ਕੇਂਦ੍ਰਿਤ ਰਹੇਗੀ ਪਹਿਲਾ ਅਹਿਮ ਸਵਾਲ ਇਹ ਕੀ دہشت ਦੇ ਪਾਲਣਹਾਰ ਪਾਕਿਸਤਾਨ ਤੇ ਹਾਰਟ ਆਫ ਏਸ਼ੀਆ ਚ دہشت ਗਰਦੀ ਦੇ ਮੁੱਦੇ ਤੇ ਕੂਟਨੀਤਿਕ ਨੀਤੀਕ ਦਬਾਅ ਬਣਾਇਆ ਜਾਏਗਾ ਕੀ ਲੱਗ ਸਾਨੂੰ ਅਸੀਂ ਕੁਝ ਕੱਲ ਦੇਖਣ ਨੂੰ ਮਿਲੇਗਾ ਕੁਝ ਕਿ ਕੂਟਨੀਤਿਕ ਦਬਾਅ ਪਾਕਿਸਤਾਨ ਤੇ ਬਣਾਇਆ ਜਾਵੇ ਦੂਜਾ ਅਹਿਮ ਸਵਾਲ ਏ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅਪੂਰਨ ਮਾਹੌਲ ਤੋਂ ਬਾਅਦ ਸਰਤਾਜ ਅਜ਼ੀਜ਼ ਦੇ ਹਾਰਟ ਆਫ ਏਸ਼ੀਆ ਵਿੱਚ ਆਉਣ ਦੇ ਕੀ ਮਾਇਨੇ ਨੇ ਤੇ ਤੀਜਾ ਅਹਿਮ ਸਵਾਲ ਏ ਕਿ ਕੀ دہشت گردੀ ਦੇ ਮੁੱਦੇ ਤੇ ਪਾਕਿਸਤਾਨ ਦਾ ਕੌਮਾਂਤਰੀ ਮੰਚ ਤੇ ਬਾਈਕਾਟ ਹੋਣਾ ਚਾਹੀਦਾ ਸੀ ਤੇ ਇਹ ਜਿਹੜੇ ਅਹਿਮ ਸਵਾਲ ਨੇ ਜਿਹੜੇ ਸਾਡੀ ਚਰਚਾ ਦਾ ਵਿਸ਼ਾ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਪਹੁੰਚ ਚੁੱਕੇ ਨੇ afghanistan ਦੇ ਰਾਸ਼ਟਰਪਤੀ ਵੀ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਖਬਰ ਇਹ ਵੀ ਆ ਰਹੀ ਹੈ ਕਿ ਇਹ ਸਮਿਲਨ ਵਿੱਚ ਹਿੱਸਾ ਲੈਣ ਲਈ ਵਿਦੇਸ਼ ਪਾਕਿਸਤਾਨ ਦੀ ਵਿਦੇਸ਼ ਨੀਤੀ ਤੇ ਪ੍ਰਧਾਨ ਮੰਤਰੀ ਦੇ ਨਵਾਜ਼ ਸ਼ਰੀਫ ਦੇ ਸਲਾਹਕਾਰ ਸਰਤਾਜ ਅਜੀਜ਼ ਵੀ ਉਹ ਵੀ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਅੱਜ ਡਿਪਲੋਮੈਟ ਡਿਨਰ ਜਿਹੜਾ ਹੈ ਅੰਮ੍ਰਿਤਸਰ ਵਿੱਚ ਹੀ ਹੋਣ ਜਾ ਰਿਹਾ ਹੈ ਤੇ ਉੱਥੇ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦਾ ਸਾਹਮਣਾ ਵੀ ਉੱਥੇ ਸਰਤਾਜ ਅਜੀਜ਼ ਨਾਲ ਹੋਵੇ ਤੇ ਜਿਹੜਾ ਮੁੱਖ ਮੁੱਦਾ ਰਹਿਣ ਵਾਲਾ ਇਹ ਕਿ ਪਾਕਿਸਤਾਨ ਜਿਸ ਦੇ ਨਾਲ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਦੋਂ ਤੱਕ ਉਹ دہشت گردਨੀ ਨੂੰ ਖਤਮ ਨਹੀਂ ਕਰਦਾ ਉਦੋਂ ਤੱਕ ਉਸ ਦੇ ਨਾਲ ਗੱਲਬਾਤ ਨਹੀਂ ਹੋਏਗੀ ਤਾਂ ਫਿਰ ਕੱਲ ਜਦੋਂ ਇੱਥੇ ਬੁਲਾਇਆ ਜਾਏਗਾ ਸਰਤਾਜ ਅਜੀਜ਼ ਨੂੰ ਸਪੈਸ਼ਲ ਉਹਨਾਂ ਨੂੰ ਇਨਵੀਟੇਸ਼ਨ ਜਿਹੜਾ ਹੈ ਪਹੁੰਚਿਆ ਉਹ ਇੱਥੇ ਪਹੁੰਚਣਗੇ ਉਹਨਾਂ ਨੂੰ ਹੀ ਕੋ ਮੰਤਰੀ ਮੰਚ ਦਿੱਤਾ ਜਾਏਗਾ ਤਾਂ ਉੱਥੇ ਕਿਸ ਤਰ੍ਹਾਂ ਦੀ ਗੱਲਬਾਤ ਹੋਏਗੀ ਤੇ ਅਸੀਂ ਤੁਹਾਡੇ ਕੋਲੋਂ ਵੀ ਸਵਾਲ ਜਿਹੜਾ ਪੁੱਛ ਰਹੇ ਹਾਂ ਇਸ ਚਰਚਾ ਦੇ ਨਾਲ ਜੁੜਿਆ ਹੋਇਆ ਕੀ دہشت گردੀ ਦੇ ਮੁੱਦੇ ਤੇ ਪਾਕਿਸਤਾਨ ਦਾ ਕੌਮਾਂਤਰੀ ਮੰਚ ਤੇ ਬਾਈਕਾਟ ਹੋਣਾ ਚਾਹੀਦਾ ਸੀ ਤੁਸੀਂ ਇਸ ਬਾਰੇ ਆਪਣੀ ਰਾਏ ਸਾਨੂੰ ਜਰੂਰ ਦਿਓ ਹਾਂ ਜਾਂ ਨਾ ਵਿੱਚ ਜੇਕਰ ਤੁਹਾਡੀ ਰਾਏ ਹਾਂ ਵਿੱਚ ਹੈ ZP HH ਸਪੇਸ ਦੇ ਕੇ Y ਲਿਖੋ ਜੇਕਰ ਤੁਹਾਡੀ ਰਾਏ ਨਾ ਵਿੱਚ ਹੈ ਤਾਂ ZP HH ਸਪੇਸ ਦੇ ਕੇ N ਲਿਖੋ ਤੇ ਇਸ ਨੂੰ SMS ਕਰ ਦਿਓ 57575 ਤੇ ਤੇ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਅੱਗੇ ਜਾ ਕੇ ਆ ਆਪਣੀ رائے ਰੱਖਣ ਦਾ ਮੌਕਾ ਵੀ ਦੇਵਾਂਗੇ ਸਾਡਾ ਟੋਲ ਫਰੀ ਨੰਬਰ ਹੈ 1800 180 3535 ਇਸ ਨੰਬਰ ਨੂੰ ਤੁਸੀਂ ਨੋਟ ਕਰਕੇ ਰੱਖ ਲਓ ਅਸੀਂ ਆਪਣੀ ਕਾਲਸ ਖੋਲਾਂਗੇ ਤਾਂ ਉਸ ਵੇਲੇ ਤੁਸੀਂ ਕਾਲ ਕਰ ਸਕੋਗੇ ਆਪਣੀ رائے ਇਸ ਮੁੱਦੇ ਦੇ ਉੱਪਰ ਸਾਡੇ ਨਾਲ ਸਾਂਝੀ ਕਰ ਸਕੋਗੇ ਜੇ ਤੁਸੀਂ ਸਵਾਲ ਕੋਈ ਪੁੱਛਣਾ ਚਾਹੁੰਦੇ ਹੋ ਮਹਿਮਾਨਾਂ ਨੂੰ ਤਾਂ ਉਹ ਵੀ ਤੁਸੀਂ ਪੁੱਛ ਸਕੋਗੇ ਜੇ ਤਾਂ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਵਿੱਚ ਪਹੁੰਚ ਚੁੱਕੇ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੀ ਅੰਮ੍ਰਿਤਸਰ ਪਹੁੰਚ ਗਏ ਨੇ ਤੇ ਕੱਲ ਨੂੰ ਪ੍ਰਧਾਨ ਮੰਤਰੀ ਰਸਮੀ ਤੌਰ ਤੇ ਇਸ ਸੰਮੇਲਨ ਦਾ ਉਦਘਾਟਨ ਕਰਨਗੇ ਤੇ ਸਰਤਾਜ ਅਜ਼ੀਜ਼ ਵੀ ਉੱਥੇ ਮੌਜੂਦ ਹੋਣਗੇ ਇਹ ਅਸੀਂ ਤਾਜ਼ਾ ਤਸਵੀਰਾਂ ਇਸ ਵੇਲੇ ਤੋਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰਟ ਆਫ ਏਸ਼ੀਆ ਸੰਮੇਲਨ ਚ ਹਿੱਸਾ ਲੈਣ ਦੇ ਲਈ ਅੰਮ੍ਰਿਤਸਰ ਪਹੁੰਚੇ ਹੋਏ ਨੇ ਔਰ ਇੱਥੇ ਇੱਕ ਹੋਏ ਹੋਟਲ ਰੈਡਿਸਨ ਬਲੂ ਵਿੱਚ ਜਿਹੜੇ ਇੱਥੇ ਮੁੱਖ ਮਹਿਮਾ ਜਿਹੜਾ ਸੰਮੇਲਨ ਦਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਨਾਲ ਹੁਣ ਸ਼ੁਰੂਆਤ ਕਰਨਗੇ ਤੇ ਅੱਜ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜਾਂਦਾ ਵੀ ਪ੍ਰੋਗਰਾਮ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਇਹ ਤਸਵੀਰਾਂ ਵੀ ਜਿਵੇਂ ਆਉਂਦੀਆਂ ਰਹਿਣਗੇ ਲਾਈਵ ਤਸਵੀਰਾਂ ਸ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਕਿਉਂਕਿ ਪ੍ਰਧਾਨ ਮੰਤਰੀ ਅੰਮ੍ਰਿਤਸਰ ਵਿੱਚ ਮੌਜੂਦ ਨੇ ਤੇ ਅੱਜ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਵੀ ਹੋਣ ਲਈ ਆਣਾ ਤੇ ਅਸੀਂ ਆਪਣੀ ਚਰਚਾ ਸ਼ੁਰੂ ਕਰਦੇ ਹਾਂ ਵਿੱਚ ਵਿੱਚ ਜੋ ਲਾਈਵ ਤਸਵੀਰ ਆਉਣਗੇ ਸ ਤੁਹਾਨੂੰ ਦਿਖਾਉਂਦੇ ਰਵਾਂਗੇ ਪਹਿਲਾ ਮਹਿਮਾਨਾਂ ਨਾਲ ਤੁਹਾਨੂੰ ਅਸੀਂ ਰੂਬਰੂ ਕਰਾ ਦਈਏ ਸਾਡੇ ਨਾਲ ਇੱਥੇ ਨੌਇਡਾ ਸਟੂਡੀਓ ਵਿੱਚ ਕਾਂਗਰਸ ਵੱਲੋਂ ਲਾਲੀ ਮਜੀਠੀਆ ਜੀ ਮੌਜੂਦ ਨੇ ਬਹੁਤ-ਬਹੁਤ ਸਵਾਗਤ ਕਰਦੇ ਆਂ ਚੰਡੀਗੜ੍ਹ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਬ੍ਰਿਗੇਡੀਅਰ ਗੁਰਿੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਜੀਤ ਗਰੇਵਾਲ ਜੀ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੁੜ ਰਹੇ ਨੇ ਤੇ ਆਪਣਾ ਪੰਜਾਬ ਪਾਰਟੀ ਦੇ ਵੱਲੋਂ ਸਾਡੇ ਨਾਲ ਮੇਜਰ ਜਰਨੈਲ ਸਿੰਘ ਜੀ ਜੁੜ ਰਹੇ ਨੇ ਸਾਰੇ ਮਹਿਮਾਨਾਂ ਦਾ ਅਸੀਂ ਸਵਾਗਤ ਕਰਦੇ ਆਂ ਮਜੀਠੀਆ ਸਾਹਿਬ ਤੁਹਾਡੇ ਕੋਲ ਹੀ ਸ਼ੁਰੂਆਤ ਕਰਨੀ ਚਾਹਾਂਗਾ ਕੱਲ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਵੀ ਮੌਜੂਦ ਹੋਣਗੇ ਸਰਤਾਜ ਅਜੀਜ਼ ਉੱਥੇ ਹੋਣਗੇ ਇੱਕ ਵੀਆਈਪੀ ਸਟੇਟਸ ਇਸ ਉਹਨਾਂ ਨੂੰ ਦਿੱਤਾ ਜਾ ਰਿਹਾ ਤੁਹਾਡੀ ਰਾਏ ਸਭ ਤੋਂ ਪਹਿਲਾਂ ਪ੍ਰਤੀਕਰਮ ਜਾਨਣਾ ਚਾਹਾਂਗੇ ਦੇਖੋ ਬਲਵਿੰਦਰ ਜੀ ਗੱਲ ਇਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਗੱਲ ਕਹੀ ਬੜਾ ਤੁਹਾਡਾ ਅੱਛਾ ਸਵਾਲ ਸੀਗਾ ਕਿ ਜਿਹੜੇ دہشت ਦੇ ਸਰਤਾਜ ਨੇ ਉਹ ਅੱਜ ਇਹਨੇ ਅਜੀਜ਼ ਕਿਉਂ ਹੋ ਗਏ ਜੇ ਆਪਾਂ ਸਹੀ ਪਿਛੋਕੜ 'ਚ ਜਾਈਏ ਤੇ ਗੱਲ ਇਹ ਹੈ ਕਿ ਜਿੱਥੋਂ ਤੱਕ ਮੇਰੇ ਸਾਹ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਨੋਕਣਾ ਚਾਹਾਂਗਾ ਤਸਵੀਰਾਂ ਅਸੀਂ ਲਾਈਵ ਦਿਖਾ ਰਹੇ ਹਾਂ ਨਾਲ ਨਾਲ अफगानिस्तान ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਜਿਸ ਤਰ੍ਹਾਂ ਦੇ ਨਾਲ ਨਵਾਂ ਜਿਹੜਾ ਰੂਪ ਦਿੱਤਾ ਗਿਆ ਉਸ ਤੋਂ ਬਾਅਦ ਇੱਥੇ ਪ੍ਰਧਾਨ ਮੰਤਰੀ ਪਹਿਲੀ ਵਾਰ ਆਏ ਨੇ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਾਣਗੇ ਤੇ ਇਹ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਤੇ ਇਸ ਤੋਂ ਬਾਅਦ ਡਿਪਲੋਮੈਟ ਡਿਨਰ ਹੋਣ ਵਾਲਾ ਤੇ ਉੱਥੇ ਸਰਤਾਜ ਅਜੀਜ਼ ਵੀ ਮੌਜੂਦ ਰਹਿਣਗੇ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਤੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੋ ਹੈ ਇਸ ਵੇਲੇ ਸ਼ਿਰਕਤ ਕਰ ਰਹੇ ਨੇ ਤੇ ਇਸ ਤੋਂ ਬਾਅਦ ਇਹ ਹੁਣ ਜਾ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ 골ਡਨ ਟੈਂਪਲ ਦੇ ਵਿਖੇ ਨਤਮਸਤਕ ਹੋਣ ਦੇ ਲਈ ਠੀਕ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਮਜੀਠਿਆ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖ ਸਕਦੇ ਹੋ ਮੈਂ ਕਹਿ ਰਿਹਾ ਸੀ ਬਲਵਿੰਦਰ ਜੀ ਕਿ ਜੀ ਅਸਲੀਅਤ ਮੁਸ਼ਕਲ ਇਸ ਗੱਲ ਦੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਅੰਤਰਰਾਸ਼ਟਰੀ ਮੁੱਦੇ ਨੇ ਜਾਂ ਅੰਤਰਰਾਸ਼ਟਰੀ ਜਿਹੜੇ ਸਬੰਧ ਹੁੰਦੇ ਆ ਉਹਨਾਂ ਦੇ ਬਾਰੇ ਇਹਨਾਂ ਦੀ ਅਪਰੋਚ ਜਿਹੜੀ ਆ ਉਹ ਕਦੀ ਵੀ ਇੱਕਸਾਰ ਜਾਂ ਕਹਿੰਦੇ ਕੋਈ ਪਰਪਕਤਾ ਦੇ ਨਾਲ ਉਹ ਨਹੀਂ ਰਹੀ ਕਦੀ ਸਥਿਰ ਇਹਨਾਂ ਦੀ ਜਿਹੜੀ ਅਪਰੋਚ ਨਹੀਂ ਰਹੀ ਉਹਦਾ ਕਾਰਨ ਇਹ ਆ ਕਿ ਇਹਨਾਂ ਸਿਰਫ ਇੱਕ ਜਿਹੜੇ ਅੰਤਰਰਾਸ਼ਟਰੀ ਮੁੱਦੇ ਉਹਨਾਂ ਤੇ ਨਹੀਂ ਇਹਨਾਂ ਦੀ ਬੇਸਿਕਲੀ ਪਾਰਟੀ ਦੇ ਵਿੱਚ ਇੰਟੈਲੈਕਚੁਅਲ ਬੈਂਕਰਪਸੀ ਆ ਕਿਉਂਕਿ ਕੋਈ ਐਕਸਪੀਰੀਅੰਸ ਨਹੀਂ ਔਰ ਇੱਥੇ ਇੱਕ ਸਭ ਤੋਂ ਵੱਡੀ ਮੁਸ਼ਕਲ ਇਹ ਹੈਗੀ ਕਿ ਜਿਹੜਾ ਅੰਤਰਰਾਸ਼ਟਰੀ ਸਬੰਧ ਹੁੰਦੇ ਆ ਉਹਨਾਂ ਦਾ ਬੇਸ ਹੁੰਦਾ ਆ ਰਾਸ਼ਟਰੀ ਹਿੱਤ ਪਰ ਇੱਥੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹ ਰਾਸ਼ਟਰੀ ਹਿੱਤ ਨਾਲੋਂ ਵੀ ਜਾਤੀ ਅਕਸ਼ ਬਣਾਉਣ ਤੇ ਉਹਨੂੰ ਸੁਧਾਰਨ ਦੇ ਵਿੱਚ ਲੱਗੇ ਰਹਿੰਦੇ ਆ ਉਹ ਕਹਿ ਦਈਏ ਭੁੱਲ ਜਾਂਦੇ ਆ ਕਿ ਇਹਦੇ ਨਾਲ ਜਿਹੜੇ ਸਾਡੇ ਰਾਸ਼ਟਰੀ ਹਿੱਤ ਨੇ ਉਹ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਮਾਰ ਖਾ ਜਾਣਗੇ ਉਹ ਤੁਸੀਂ ਦੇਖੋ ਕਦੀ ਤਾਂ ਇਹ ਗੱਲਾਂ ਕਰਨੀਆਂ ਕਿ ਇੱਕ ਦੇ ਬਦਲੇ 10 ਮੈਨੀਫੈਸਟੋ ਦੇ ਕਰਕੇ ਇਹਨਾਂ ਨੂੰ ਇੱਕ ਜਿਹੜਾ ਇਹਨਾਂ ਦਾ ਇੱਕ ਜਿਹੜਾ ਇਹਨਾਂ ਦਾ ਕਹਿ ਲਓ ਕਿ ਇੱਕ ਪਾਰਟਿਕੂਲਰ ਇਹਨਾਂ ਦਾ ਵੋਟ ਬੈਂਕ ਹੈ ਉਹਨੂੰ ਖੁਸ਼ ਕਰਨ ਲਈ ਕਈ ਰੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਕਾਰਨ ਕੀ ਕਿਉਂਕਿ ਅੰਤਰਰਾਸ਼ਟਰੀ ਮੁੱਦਿਆਂ ਦੇ ਹਿਸਾਬ ਦੇ ਨਾਲ ਤਾਂ ਇਹ ਕੁਝ ਕਰਨਾ ਚਾਹੁੰਦੇ ਆ ਵਿੱਚੋਂ ਆਲ ਆਫ ਸਡਨ ਜਾਣਾ ਔਰ ਕਿੱਥੇ ਜਾ ਕੇ ਉਹਨਾਂ ਦੇ ਨਵਾਜ਼ ਸ਼ਰੀਫ ਉਹਨਾਂ ਦੇ ਬਰਥਡੇ ਤੇ ਚਲੇ ਜਾਣਾ ਔਰ ਦੂਸਰੇ ਸਾਜ ਤੇ ਕਦੀ ਬਲੋ ਹੌਟ ਬਲੋ ਕੋਲਡ ਕਦੀ ਕਹਿ ਦੇਣਾ ਜੀ ਬਹੁਤ ਉੱਪਰ ਲੈ ਜਾਣਾ ਹਾਈਪ ਦੇਣੀ ਔਰ ਮੀਡੀਆ ਹਾਈਪ ਦੇਣ ਦੇ ਨਾਲ ਜਿਹੜੇ ਇੱਕ ਨਾਰਮਲ ਰੂਟੀਨ ਆ ਉਹਦੇ 'ਚ ਵੀ ਆਪਣੇ ਅਕਸ਼ ਦੇ ਬਾਰੇ ਜ਼ਿਆਦਾ ਚਿੰਤਤ ਨਹੀਂ ਹੁਣ ਅੱਜ ਦੀ ਰੇਟ ਦੇ ਵਿੱਚ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਸੰਭਾਵਿਤ ਵਿਹਾਰ ਸੀ ਪਾਕਿਸਤਾਨ ਦੇ ਨਾਲ ਜਾਂ ਜੋ ਉਹਨਾਂ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਉਸ ਤੋਂ ਡਰਦੇ ਆ ਪਾਕਿਸਤਾਨ ਇਸ ਵੇਲੇ ਬੜਾ ਚਿੰਤਤ ਸੀਗਾ ਕਿ ਉਹ ਕਿਵੇਂ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਲੱਗ-ਥਲੱਗ ਹੋਣ ਤੋਂ ਬਚਾਵੇ ਸੋ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਇਨਵਾਈਟ ਕਰਕੇ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਕੰਸਿਸਟੈਂਸੀ ਕਿਵੇਂ ਨਹੀਂ ਸਾਰਕ ਚ ਤੇ ਏਡਾ ਵੱਡਾ ਇਸ਼ੂ ਸੀਗਾ ਉੱਥੇ ਤੇ ਆਪਾਂ ਉਹਨਾਂ ਨੂੰ ਇਨਵੋਲ ਨਹੀਂ ਕੀਤਾ ਅੱਜ ਉਹਨਾਂ ਨੂੰ ਕਿਉਂ ਦੇ ਦਿੱਤਾ ਗਿਆ ਔਰ ਦੂਸਰੀ ਸਾਈਡ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੋਂ ਤੱਕ ਸਵਾਲ ਹੈ ਪਾਕਿਸਤਾਨ ਦੇ ਵਿੱਚ ਆਰਮੀ ਕੰਟਰੋਲ ਕਰਦੀ ਆ ਆਰਮੀ ਨੂੰ ਇਸ ਵੇਲੇ ਪਤਾ ਸੀਗਾ ਕਿ ਡੋਨਲਡ 트ੰਪ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨਾਲ ਪੇਸ਼ ਹੋਣਾ ਉਹਦੇ ਤੋਂ ਡਰਦੇ ਆ ਇਹਨਾਂ ਦਾ ਜਦੋਂ ਜਦੋਂ ਯੂਪੀਏ ਸਰਕਾਰ ਸੀ ਤਾਂ ਉਸ ਵੇਲੇ ਉਸ ਸਰਕਾਰ ਦੇ ਉੱਪਰ ਵੀ ਇਹੀ ਇਲਜ਼ਾਮ ਲੱਗਦੇ ਸੀ ਦੇਖੋ ਬਲਵਿੰਦਰ ਜੀ ਯੂਪੀਏ ਸਰਕਾਰ ਦੀ ਕੰਸਿਸਟੈਂਸ ਪਾਲਿਸੀ ਸੀ ਜਿੱਥੋਂ ਤੱਕ ਸਵਾਲ ਆ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਿੱਥੇ ਆਪਣਾ ਗੁਵਾਂਢੀ ਦੇਸ਼ ਆ ਉਹਦੇ ਨਾਲ ਸਾਡੇ ਸਬੰਧ ਚੰਗੇ ਹੋਣੇ ਚਾਹੀਦੇ ਆ ਪਰ ਉਹਨਾਂ 'ਚ ਕੰਸਿਸਟੈਂਸੀ ਹੋਣੀ ਚਾਹੀਦੀ ਆ ਇਹ ਕੋਈ ਤਰੀਕਾ ਨਹੀਂ ਕਿ ਤੁਸੀਂ ਕਈ ਵਾਰੀ ਪਰਸਨਲੀ ਇਸ ਤਰ੍ਹਾਂ ਦਾ ਇਮੇਜ ਦਿਓ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਆਪਣੀ ਪਰਸਨਲ ਇਮੇਜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਸ਼ਿਸ਼ ਕਰਦੇ ਨੇ ਜੀ ਗਰੇਵਾਲ ਜੀ ਤੁਹਾਡਾ ਜਵਾਬ ਇਸੇ ਜਿਹੜਾ ਹੈ ਜੋ ਸਵਾਲ ਚੱਕਿਆ ਹੈ ਤੁਹਾਡੇ ਤੋਂ ਜਵਾਬ ਚਾਹੂੰਗਾ ਇਸ ਤੇ ਇਸ ਤਰ੍ਹਾਂ ਬੁਲਵਿੰਦਰ ਜੀ ਇਹ ਅੰਤਰਰਾਸ਼ਟਰੀ ਮੰਚਾ ਜਿਹੜਾ ਅੰਮ੍ਰਿਤਸਰ ਦੇ ਅੰਦਰ ਜੋ ਕਾਰਜਕ੍ਰਮ ਹੋ ਰਿਹਾ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੀ ਸ਼ਿਰਕਤ ਕਰਨ ਲਈ ਆਏ ਨੇ ਔਰ ਇਦੀ ਇੱਕ ਅੰਤਰਰਾਸ਼ਟਰੀ ਲੈਵਲ ਤੇ ਕੋਆਰਡੀਨੇਸ਼ਨ ਟੋਲੀ ਵੀ ਟੀਮ ਵੀ ਬਣਦੀ ਆ ਜਿਹੜੀ ਉਹਨਾਂ ਦੀ ਆਰਗੇਨਾਈਜ਼ ਕਰਦੀ ਆ ਉਹਦੀ ਦਿਸ਼ਾ ਉਹਦਾ ਕਸ਼ਾ ਸਭ ਤੈਅ ਕਰਦੀ ਆ ਔਰ ਇਨਵੀਟੇਸ਼ਨ ਜਾਣਾ ਇੱਕ ਸੁਭਾਵਿਕ ਸੀ ਉਸ ਮੰਚ ਕੋਆਰਡੀਨੇਸ਼ਨ ਮੰਚ ਦੀ ਤਰਫੋਂ ਗਿਆ ਨਾ ਕਿ ਭਾਰਤ ਸਰਕਾਰ ਦੀ ਤਰਫੋਂ ਹਮ ਔਰ ਉਹਦੇ ਅੰਦਰ ਇਸ ਤਰ੍ਹਾਂ ਦੀਆਂ ਅਸੀਂ ਟਿੱਪਣੀਆਂ ਕਰੀਏ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਲਈ ਤੋਂ ਜੋ ਦੇਸ਼ ਦੇ ਨਹੀਂ ਇਸ ਟਾਈਮ ਦੁਨੀਆ ਦੇ ਸਿਰਮੌਰ ਨੇਤਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਉਹ ਵੀ ਅੱਛੀ ਗੱਲ ਨਹੀਂ ਹੈ ਸਾਡੀ ਜਿਹੜੀ ਇੰਟਰਨੈਸ਼ਨਲ ਜਿਹੜੀ ਡਿਪਲੋਮੇਸੀ ਆ ਉਹ ਇਸ ਵੇਲੇ ਦੁਨੀਆ ਚ ਸਾਰੇ ਦੇਸ਼ਾਂ ਨਾਲੋਂ ਬਿਹਤਰੀਨ ਆ ਔਰ ਭਾਰਤ ਦੀ ਵੀ ਅੱਜ ਤੱਕ ਦੀ ਜੋ ਡਿਪਲੋਮੇਸੀ ਰਹੀ ਆ ਉਹਦੇ ਚ ਵੀ ਬਿਹਤਰੀਨ ਆ ਔਰ ਜਿਹੜੀ ਸਰਕਾਰ ਦੀ ਮਜ਼ਬੂਤੀ ਆ ਔਰ ਲੀਡਰਸ਼ਿਪ ਦੀ ਮਜ਼ਬੂਤੀ ਆ ਉਹ ਵੀ ਦੁਨੀਆ ਦੀ ਬਿਹਤਰੀਨ ਆ ਉਸ ਦੀ ਸਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਆ ਔਰ ਜੇ ਕੋਈ ਸੁਝਾਅ ਦੇਣੇ ਹੋਣ ਤਾਂ ਉਹ ਅਸੀਂ ਦੇ ਸਕਦੇ ਹੁੰਦੇ ਆ ਪਰ ਇਸ ਤਰ੍ਹਾਂ ਨਹੀਂ ਕਿ ਅਸੀਂ ਇੱਕ اپੋਜੀਸ਼ਨ ਦੇ ਵਿੱਚ ਬੈਠੇ ਹੋਈਏ ਉਸ ਤੇ ਕਿ ਤਾਕਸੀ ਕਰਦੇ ਰਹੀਏ اپੋਜੀਸ਼ਨ ਦੀ ਵੀ ਜ਼ਰੂਰਤ ਹੁੰਦੀ ਹੈ ਆਟਲ ਜੀ ਨੇ ਕਿਹਾ ਸੀ ਜਦੋਂ ਉਹਨਾਂ ਨੂੰ ਭੇਜਿਆ ਗਿਆ ਸੀ ਯੂਨੋ ਚ ਦੇਸ਼ ਦਾ ਪ੍ਰਤਨਿਧਤਵ ਕਰਨ ਦੇ ਲਈ ਤਾਂ ਨਰਸਿਮਹਾ ਰਾਓ ਜੀ ਦੇ ਸਮੇਂ ਤੇ ਉਸ ਵੇਲੇ ਉਹ اپੋਜੀਸ਼ਨ ਲੀਡਰ ਸੀਗੇ ਉਹਨਾਂ ਨੇ ਇਹ ਕਿਹਾ ਸੀ ਕਿ ਦੇਖੋ ਭਾਰਤ ਦੇ ਵਿੱਚ ਅਸੀਂ ਪਰੰਪਰਾ ਹੈ ਕਿ ਅਸੀਂ اپੋਜੀਸ਼ਨ ਵਾਲੇ ਵੀ ਆਪਣੀ ਸਰਕਾਰ ਦਾ ਔਰ ਆਪਣੇ ਦੇਸ਼ ਦੇ ਹਿੱਤਾਂ ਦੇ ਲਈ ਸਮਰਥਨ ਕਰਦੇ ਆਂ ਜਦੋਂ ਕਿ ਪਾਕਿਸਤਾਨ ਦੇ ਲੋਕ ਨਹੀਂ ਕਰਦੇ ਔਰ ਉੱਥੋਂ ਦੀ ਵਿਰੋਧੀ ਪਾਰਟੀਆਂ ਨਹੀਂ ਕਰਦੀਆਂ ਇਹ ਭਾਰਤ ਦੀ ਇੱਕ ਪਰੰਪਰਾ ਸਵਸਥ ਹੈਲਦੀ ਡੈਮੋਕ੍ਰੇਸੀ ਦੀ ਪਰੰਪਰਾ ਟ੍ਰੈਡੀਸ਼ਨ ਆ ਉਸ ਨੂੰ ਕਾਇਮ ਰੱਖਣਾ ਚਾਹੀਦਾ ਆਪੋਜੀਸ਼ਨ ਨੂੰ ਵੀ ਠੀਕ ਹੈ ਤੁਹਾਡੇ ਕਹਿਣਾ ਕਿ ਦੇਸ਼ हित ਦੇ ਵਿੱਚ ਜਿਹੜਾ ਸਾਥ ਦੇਣਾ ਚਾਹੀਦਾ ਠੀਕ ਹੈ ਮੇਜਰ ਜਰਨੈਲ ਸਿੰਘ ਜੀ ਬਿਲਕੁਲ ਦੇਣਾ ਚਾਹੀਦਾ ਠੀਕ ਹੈ ਤੁਹਾਡੇ ਆ ਵੀ ਮਤ ਇਸ ਤੇ ਉੱਪਰ ਜਾਣਨਾ ਚਾਹੂੰਗਾ ਪਹਿਲੀ ਗੱਲ ਤਾਂ ਜਿਹੜੀ ਮਜੀਠੀਆ ਸਾਹਿਬ ਨੇ ਕਹੀ ਆ ਕਿ ਮੋਦੀ ਸਾਹਿਬ ਆਪਣਾ ਅਮੇਜ ਦੁਨੀਆ ਦੇ ਵਿੱਚ ਸੁਧਾਰ ਰਹੇ ਨੇ ਜਾਂ ਪਰਸਨਲ ਆਪਣਾ ਅਮੇਜ ਬਣਾ ਰਹੇ ਨੇ ਇਦਾਂ ਦੀਆਂ ਰੀਤਾਂ ਤਾਂ ਕਾਂਗਰਸ ਨੇ ਵੀ ਸ਼ੁਰੂ ਕਰੀਆਂ ਜਦੋਂ 1962 ਦੀ ਲੜਾਈ ਹੋਈ ਸੀ ਪਹਿਲੀ ਤਾਂ ਉਦੋਂ ਨਹਿਰੂ ਸਾਹਿਬ ਕਹਿੰਦੇ ਸੀ ਫੌਜ ਦੀ ਜ਼ਰੂਰਤ ਨਹੀਂ ਹੈ ਤੇ ਹਿੰਦੀ ਚੀਨੀ ਪਾਈ ਪਾਈ ਆ ਤੇ ਹਿੰਦੀ ਚੀਨੀ ਜਿਹੜੇ 500 ਕਿਲੋਮੀਟਰ ਚੀਨੀ ਅੰਦਰ ਆ ਗਏ ਸੀ ਇਹ ਜਿਹੜਾ ਵੀ ਲੀਡਰ ਥੋੜਾ ਮਜ਼ਬੂਤੀ ਨਾਲ ਪਾਵਰ ਦੇ ਵਿੱਚ ਆਂਦਾ ਜਿਆਦਾ ਸੀਟਾਂ ਲੈ ਕੇ ਜਿਆਦਾ ਬਹੁਮਤ ਦੇ ਨਾਲ ਉਹ ਦੇਸ਼ ਇਤਾਂ ਨੂੰ ਭੁੱਲ ਕੇ ਦੁਨੀਆ ਦੇ ਵਿੱਚ ਆਪਣਾ ਅਮੇਜ ਬਣਾਉਣਾ ਸ਼ੁਰੂ ਕਰ ਦਿੰਦਾ ਉਹੀ ਰੀਤ ਹੈ ਕੋਈ ਨਵਾਂ ਕੰਮ ਨਹੀਂ ਹੈ ਬਾਕੀ ਗੱਲ ਰਹੀ ਇਹ ਜਿਹੜਾ ਵੀ ਮੁੱਦਾ ਅੱਜ ਅਸੀਂ ਡਿਸਕਸ ਕਰ ਰਹੇ ਆ ਸਾਡੀ ਫੌਜ ਮਰ ਰਹੀ ਆ ਕਦੇ ਦਿਨਾਂ ਨਗਰ ਚ ਹੂੰ ਪਾਕਿਸਤਾਨੀ ਹਮਲਾ ਕਰਦੇ ਨੇ ਕਦੇ ਪਠਾਨਕੋਟ ਤੇ ਕਦੇ ਨਗਰੋਟਾ ਦੇ ਵਿੱਚ ਤੇ ਕਦੇ ਉੜੀ ਦੇ ਵਿੱਚ ਹੂੰ ਤੇ ਅੱਜ ਅਸੀਂ ਸਰਦਾਰ ਸਰਦਾਰ ਸਰਤਾਜ ਅਜੀਜ਼ ਨੂੰ ਬੁਲਾ ਕੇ ਉਹਨੂੰ ਅਸੀਂ ਵੀਆਈਪੀ ਟ੍ਰੀਟਮੈਂਟ ਦੇ ਰਹੇ ਆ ਉਹ ਇੱਥੋਂ ਸਾਰੀਆਂ ਗੱਲਾਂ ਕਿਉਂਕਿ ਉਹ ਤਾਂ ਸਰਕਾਰ ਅਤਵਾਦੀ ਪੈਦਾ ਕਰ ਰਹੀ ਆ ਚਾਹੇ ਫੌਜ ਹੈ ਚਾਹੇ ਸਿਵਲિયન ਸਰਕਾਰ ਹੈ ਇਨਾਂ ਨੂੰ ਜਦੋਂ ਤੱਕ ਸਾਨੂੰ ਪਾਕਿਸਤਾਨ ਨੂੰ ਆਈਸੋਲੇਟ ਨਹੀਂ ਕਰਦੇ ਉਦੋਂ ਤੱਕ ਪਾਕਿਸਤਾਨ ਇਸ ਗੱਲ ਤੋਂ ਬਾਜ਼ ਨਹੀਂ ਆਏਗਾ ਠੀਕ ਹੈ ਤੁਹਾਡਾ ਇਹ ਕਹਿਣਾ ਕਿ ਬਿਲਕੁਲ ਗਲਤ ਹੋ ਰਿਹਾ ਹੈ ਬ੍ਰਿਗੇਡ ਬ੍ਰਿਗੇਡੀਅਰ ਗੁਰਿੰਦਰਜੀਤ ਸਿੰਘ ਠੀਕ ਹੈ ਤੁਹਾਡਾ ਵੀ ਭਾਵੇਂ ਇਸ ਦੇ ਵਿੱਚ ਪੱਖ ਜਾਣਨਾ ਚਾਹਾਂਗਾ ਹਾਂ ਜੀ ਮੈਂ ਇਹ ਅੱਜ ਕੱਲ ਨਹੀਂ ਚਾਹਨਾ ਕਿ ਇਹ ਇੰਟਰਨੈਸ਼ਨਲ ਜਿਹੜਾ ਸਾਨੂੰ ਫਾਰਮ ਮਿਲਿਆ ਹੈ ਇਹਦੇ ਉੱਤੇ ਬਹੁਤ ਵਧੀਆ ਮੌਕਾ ਮਿਲਿਆ ਹੈ ਕਿ ਪਾਕਿਸਤਾਨ ਨੂੰ ਆਈਸੋਲੇਟ ਕੀਤਾ ਜਾਏ ਜਿਹੜੇ ਕੰਟਰੀ ਦੇ ਨਮਾਇंदे ਆਏ ਨੇ ਜਾਂ ਉਹਨਾਂ ਦੇ ਮੁਖੀ ਆਏ ਨੇ ਉਹਨਾਂ ਦੇ ਸਾਹਮਣੇ ਜੋ ਪਾਕਿਸਤਾਨੀਆਂ ਨੇ ਜਾਂ ਇਹਨਾਂ ਦੀ ਫੌਜ ਇਹਨੇ ਅਤੰਗਵਾਦ ਫਲਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਔਰ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਹੇ ਨੇ ਇਹ ਹਾਈਲਾਈਟ ਕੀਤਾ ਜਾਏ ਤਾਂ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਈਸੋਲੇਟ ਕੀਤਾ ਜਾਏ ਦੱਸਿਆ ਜਾਏ ਕਿ ਇਹ ਜਿਹੜਾ ਮੁਲਕ ਹੈ ਬ੍ਰਿਗੇਡੀਰ ਸਾਹਿਬ ਕੀ ਇੱਕ ਸਵਾਲ ਮੇਰਾ ਤੁਹਾਡੇ ਕੋਲੇ ਕਿ ਜਿਸ ਤਰ੍ਹਾਂ ਅਸੀਂ ਸਾਰਕ ਵਿੱਚ ਪਾਕਿਸਤਾਨ ਦਾ ਬਾਈਕਾਟ ਕੀਤਾ ਸੀ ਇੱਥੇ ਕੀ ਬਾਈਕਾਟ ਨਹੀਂ ਕੀਤਾ ਜਾ ਸਕਦਾ ਸੀ ਪਾਕਿਸਤਾਨ ਦਾ ਇਹ ਕਰਨਾ ਚਾਹੀਦਾ ਸੀਗਾ ਕਿਉਂਕਿ ਇੱਕ ਪਾਸੇ ਤਾਂ ਉਹ ਸਾਡੇ ਜਵਾਨ ਮਾਰ ਰਹੇ ਨੇ ਔਰ ਉਥੇ ਪਾਕਿਸਤਾਨ ਦੇ ਵਿੱਚ ਇੱਕ ਟੈਰਰਿਸ ਦੀ ਫੈਕਟਰੀ ਲਾ ਕੇ ਬੈਠੇ ਪਏ ਨੇ ਔਰ ਜਿਹੜਾ ਮੇਨ ਮੁੱਦਾ ਹੈ ਜਿਹੜਾ ਮੁੱਦਾ ਇਹ ਕਿ ਮੁਲਕਾਂ ਦੇ ਵਿੱਚ ਪਿਆਰ ਭਾਈਚਾਰਾ ਪਦਾ ਕਰਨਾ اور ਪ੍ਰੋਸਪਰਿਟੀ ਲਾਈਨ ਲਾਈਨੀ ਪਾਕਿਸਤਾਨ ਉਹਦੇ ਉਲਟ ਕੰਮ ਕਰ ਰਿਹਾ ਹੈ ਲੇਕਿਨ ਅਗਰ ਇਹ ਹੁਣ ਆ ਗਏ ਨੇ ਤੇ ਇਹਨਾਂ ਨੂੰ ਪੰਜਾਬੀ ਦੇ ਵਿੱਚ ਕਹਿਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਨੰਗੇ ਕੀਤਾ ਜਾਏ ਹੀ ਸ਼ੁੱਡ ਬੀ ਸਟ੍ਰਿਪਟ ਇਹਨਾਂ ਨੇ ਜੋ ਵਿਧੀਆਂ ਕਰ ਰਹੇ ਨੇ ਇਹ ਹਾਈਲਾਈਟ ਕਰਕੇ ਵਰਲਡ ਲੈਵਲ ਤੇ ਦੱਸਿਆ ਜਾਏ ਕਿ ਇਹ ਤੰਕਵਾਦ ਨੂੰ ਖਤਮ ਨਹੀਂ ਕਰ ਰਿਹਾ ਇਹ ਤੰਕਵਾਦ ਨੂੰ ਵਧਾ ਰਿਹਾ ਹੈ ਠੀਕ ਹੈ ਤੁਹਾਡਾ ਕਹਿਣਾ ਹੈ ਕਿ ਇਹਨਾਂ ਨੂੰ ਬੁਲਾਇਆ ਠੀਕ ਹੈ ਬੁਲਾ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਮੇਜਰ ਸਾਹਿਬ ਇਸ ਸੀਜ਼ਨ ਨਾਲ ਤੁਸੀਂ ਸਹਿਮਤ ਹੋ ਵੀ ਕਿ ਉਹਨਾਂ ਨੂੰ ਇੱਥੇ ਜੇ ਇੱਥੇ ਬੁਲਾਇਆ ਗਿਆ ਬੁਲਾ ਕੇ ਵੀ ਉਹਨਾਂ ਨੂੰ ਜਿਸ ਤਰ੍ਹਾਂ ਕਰੇ ਸਟਿੱਪ ਕੀਤਾ ਜਾ ਸਕਦਾ ਹੈ ਦੇਖੋ ਗੱਲ ਜੀ 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 ਜ हां जी ਬਰਿੰਦਰ ਜੀ ਗੱਲ ਇਸ ਤਰ੍ਹਾਂ ਕਿ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਇੱਥੇ ਇਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਸਟ੍ਰਿਪ ਕੀਤਾ ਜਾਵੇ ਸਟ੍ਰਿਪ ਕਰਨ ਵਾਲੀ ਗੱਲ ਤੇ ਤਾਂ ਕਿ ਜੇ ਕੋ ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਜਾਂ ਕਿਸੇ ਦੇਸ਼ ਨੂੰ ਪਤਾ ਨਹੀਂ ਚਾਹੇ ਉਹ ਜਿੰਨੀਆਂ ਜਿਹੜੀਆਂ ਸੁਪਰ ਪਾਵਰ ਜਿਹੜੀ ਸੁਪਰ ਪਾਵਰ ਆ ਉਹਨੂੰ ਜਾਂ ਦੂਸਰੇ ਜਿੰਨੇ ਵੀ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਮੇਨ ਪਲੇਅਰ ਨੇ ਉਹ ਸਾਰੇ ਜਾਣਦੇ ਨੇ ਉਹ ਤਾਂ ਖੁਦ ਇਹ ਸਟੇਟਮੈਂਟ ਦੇ ਰਹੇ ਨੇ ਕਿ ਇਹ ਜਿਹੜੀ ਟੈਰੋਰਿਜ਼ਮ ਦੀ ਇੱਕ ਫੈਕਟਰੀ ਹੈ ਔਰ ਦੂਸਰੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਹਨਾਂ ਦੀ ਆਰਮੀ ਉੱਥੇ ਇਨਫਲੂਐਂਸ਼ੀਅਲ ਆ ਉਹਨਾਂ ਦੀ ਆਰਮੀ ਸਾਰੇ ਫੈਸਲੇ ਲੈਂਦੀ ਜਦੋਂ ਉਹਨਾਂ ਦੀ ਆਰਮੀ ਕਾਰਨਰ ਹੋਈ ਆ ਉਹਨਾਂ ਦੇ ਜਿਹੜੇ ਸਟਰੈਟਜਿਸਟ ਨੇ ਉਹ ਤੇ ਸਾਰੇ ਆਰਮੀ ਦੇ ਨੇ ਆਈਐਸਆਈ ਦੇ ਵਿੱਚ ਵੀ ਬੇਸਿਕਲੀ ਗੱਲਬਾਹ ਆਰਮੀ ਦਾ ਉਹਨਾਂ ਨੇ ਇੱਕ ਮੌਕਾ ਲੱਭਿਆ ਕਿ ਕੱਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਹਿਣਗੇ ਜੀ ਆ ਦੇਖੋ ਜੀ ਅਸੀਂ ਤੇ ਔਰ ਉਹਨਾਂ ਨੂੰ ਆਪਾਂ ਬੁਲਾ ਕੇ ਇੱਕ ਮੌਕਾ ਦੇ ਰਹੇ ਹਾਂ ਕਿ ਉਹ ਆਪਣੇ ਆਪ ਨੂੰ ਆਪਣੀ ਪੋਜੀਸ਼ਨ ਕਲੈਰੀਫਾਈ ਕਰਨਗੇ ਔਰ ਉੱਥੇ 100 ਦੇ ਚਿਰਕ ਦੇਣਗੇ ਹੁਣ ਜਿੱਥੋਂ ਤੱਕ ਗਰੇਵਾਲ ਸਾਹਿਬ ਨੇ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਗਰੇਵਾਲ ਸਾਹਿਬ ਆਪਣੀ ਪਿੱਠ ਆਪ ਥਾਪੜੀ ਜਾਓ ਇਸ ਨਾਲ ਕੋਈ ਗੱਲ ਨਹੀਂ ਬੰਨੀ ਗੱਲ ਬੇਸਿਕ ਇਹ ਆ ਕਿ ਜਦੋਂ ਤੱਕ ਮੋਦੀ ਜੀ ਸਭ ਤੋਂ ਪਹਿਲਾਂ ਦੇਸ਼ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਚੱਲਦੇ ਨੇ ਤੇ ਉਹਦੇ ਚ ਸਾਰੀ ਆਪੋਜੀਸ਼ਨ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਆ ਉਹਨੂੰ ਭੁੱਲ ਜਾਂਦੇ ਕਿਉਂਕਿ ਉਹਨਾਂ ਦਾ ਤਜਰਬਾ ਨਹੀਂ ਇਸ ਇਸ਼ੂ ਤੇ ਕਿ ਸਟੇਟ ਤੋਂ ਉੱਠ ਕੇ ਜਦੋਂ ਆ ਗਏ ਨੈਸ਼ਨਲ ਲੈਵਲ ਤੇ ਉਹਨਾਂ ਨੇ ਕੰਮ ਨਹੀਂ ਕੀਤਾ ਇਸ ਪਾਲਿਸੀ ਤੇ ਇਹਨਾਂ ਕੋ ਕੋ ਐਕਸਪਰਟ ਨਹੀਂ ਇਹਨਾਂ ਦੇ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਬਾਹਰ ਜਾ ਕੇ ਕਿਸ ਤਰ੍ਹਾਂ ਦੀਆਂ ਉਹ ਸਟੇਟਮੈਂਟ ਦਿੰਦੇ ਨੇ ਜਾਂ ਮੋਦੀ ਜੀ ਬਾਹਰ ਜਾ ਕੇ ਚੇਤਾ ਉਹਨਾਂ ਨੂੰ ਭੁੱਲ ਜਾਂਦਾ ਕਿ ਉਹਥੇ ਉਹ ਬੀਜੇਪੀ ਦੇ ਪ੍ਰਧਾਨ ਨੇ ਕਿ ਜਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਥੇ ਜਾ ਕੇ ਵੀ ਆਪੋਜੀਸ਼ਨ ਤੋਂ ਟਿੱਪਣੀਆਂ ਕਰਦੇ ਨੇ ਸੋ ਇਹਨਾਂ ਸਾਰਿਆਂ ਇਸ਼ੂਜ਼ ਦੇ ਮੱਦੇਨਜ਼ਰ ਇਹ ਚ ਦੋ ਰਾਇ ਨਹੀਂ ਕਿ ਹਾਰਟ ਆਫ ਏਸ਼ੀਆ ਅੰਮ੍ਰਿਤਸਰ ਚ ਹੋਵੇ ਸਾਡੇ ਲਈ ਸਭ ਤੋਂ ਵੱਡੀ ਹੈ ਕਿਰਜਤ ਵਾਲੀ ਇਹ ਗੱਲ ਆ ਠੀਕ ਔਰ ਨਾਲ ਇਹ ਗੱਲ ਜ਼ਰੂਰੀ ਆ ਕਿ ਜਿਹੜੇ ਮੇਨ ਮੁੱਦੇ ਨੇ ਹੁਣ ਇਥੇ ਗੱਲ ਕੀਤੀ ਸੀਗੀ ਜਿਹੜੇ ਐਪ ਵਾਲੇ ਨੇ ਆ ਆਪਣਾ ਪੰਜਾਬ ਪਾਰਟੀ ਵਾਲੇ ਉਹਨਾਂ ਨੂੰ ਨਹਿਰੂ ਜੀ ਦੀ ਗੱਲ ਤਾਂ ਜਾਦ ਹੈਗੀ ਉਹਨਾਂ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੀ ਗੱਲ ਨਹੀਂ ਜਾਦ ਹੈ ਜਿਨੇ ਇਹੋ ਜਿਹਾ ਇਤਿਹਾਸ ਪੈਦਾ ਕੀਤਾ ਕਿ ਪਾਕਿਸਤਾਨ ਦੀ ਰੀੜ ਦੀ ਹੱਡੀ ਉਹਨਾਂ ਨੇ ਤੋੜੀ ਹੈ ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਥੇ ਦੇਸ਼ ਦੇ ਹਿੱਤ ਜਿਹੜੇ ਨੇ ਉਹ ਪਰਮਾਗੇਤ ਹੋਣੇ ਚਾਹੀਦੇ ਨੇ ਕਿਸੇ ਵਿਅਕਤੀ ਵਿਸ਼ੇਸ਼ ਕਿਉਂਕਿ ਅਜ ਤੱਕ ਕਾਂਗਰਸ ਨੂੰ ਇਸ ਗੱਲ ਤੇ ਕਿ ਇਹ ਪਰਸਨਲ ਕ੍ਰਿਸਮੈਟਿਕ ਲੀਡਰਸ਼ਿਪ ਦੀ ਗੱਲ ਕਰਦੇ ਆ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਸਿਧਾਂਤ ਕਿਥੇ ਨੇ ਕੀ ਉਥੇ ਪਰਸੋਨੀਫਾਈਂ ਕੀਤਾ ਜਾ ਰਿਹਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੀ ਉਹਨਾਂ ਦੇ ਨਾਂ ਤੇ ਉਹ ਸਾਰੀ ਸਿਆਸਤ ਨਹੀਂ ਹੋ ਰਹੀ ਕੀ ਅਮਿਤ ਸ਼ਾਹ ਹੋਂਨਾ ਤੋਂ ਪਹਿਲਾਂ ਕੋਈ ਇੰਨੇ ਸਟਰੋਂਗ ਪ੍ਰਧਾਨ ਇਹਨਾਂ ਨੇ ਕਿਸੇ ਨੂੰ ਇੰਦੀਆਂ ਤਾਕਤਾਂ ਦਿੱਤੀਆਂ ਸੀ ਸੋ ਮੈਂ ਗੱਲ ਕਰਨੀ ਚਾਹੁੰਦਾ ਕਿ ਸਿਰਫ ਤੁਸੀਂ ਨੈਸ਼ਨਲਿਜ਼ਮ ਦਾ ਜਿਹੜਾ ਠੇਕਾ ਤੁਹਾਡੇ ਕੋ ਨਹੀਂ ਹੈਗਾ ਤੁਸੀਂ ਹਰ ਗੱਲ ਨੂੰ ਜਿਹੜਾ ਤੁਹਾਡੇ ਹਿਸਾਬ ਜਿਵੇਂ ਚੱਲਦਾ ਉਹਨੂੰ ਤੁਸੀਂ ਦੇਸ਼ ਦੇ ਦੇਸ਼ ਧਰੋਈ ਜਹਾਂ ਜਿਉਂ ਜਿਵੇਂ ਦੇਸ਼ ਦੇ ਹਿਤਾ ਦੇ ਖਿਲਾਫ ਗੱਲ ਕਰ ਰਹੇ ਹੋ ਇਸ ਤਰ੍ਹਾਂ ਨਾ ਕਰੋ ਗੱਲ ਇਹ ਹੈ ਕਿ ਸਿੱਖੋ ਅੰਤਰਰਾਸ਼ਟਰੀ ਮੁੱਦੇ ਕੀ ਨੇ ਅੰਤਰਰਾਸ਼ਟਰੀ ਕਾਨੂੰਨ ਕੀ ਆ ਅੰਤਰਰਾਸ਼ਟਰੀ ਕਾਨੂੰਨ ਅੰਤਰਰਾਸ਼ਟਰੀ ਪਰੰਪਰਾਵਾਂ ਤੇ ਆਧਾਰਿਤ ਹੁੰਦਾ ਉਹਨਾਂ ਦੇ ਬਾਰੇ ਨਾ ਤੁਹਾਡੇ ਅਪਰੋਚ ਦੇ ਵਿੱਚ ਨਾ ਤੁਹਾਡੇ ਐਕਸ਼ਨਸ ਦੇ ਵਿੱਚ ਉਹਨਾਂ ਦੀ ਕੋਈ ਕਿਤੇ ਮਾੜੀ-ਮੋਟੀ ਕਣੀ ਵੀ ਨਜ਼ਰ ਨਹੀਂ ਆਉਂਦੀ। ਹੂੰ ਠੀਕ ਹੈ ਗਰੇਵਾਲ ਸਾਹਿਬ ਜਵਾਬ ਤੁਹਾਡਾ ਵੀ ਨਾਲ ਚਾਹੂੰਗਾ। ਹਾਂਜੀ। ਇਸ ਤਰ੍ਹਾਂ ਬਲਵਿੰਦਰ ਜੀ ਜਿਹੜੀ ਐਕਸਪੀਰੀਅੰਸ ਦੀ ਗੱਲ ਕਰਦੇ ਆ ਉਹ ਸ਼ਾਇਦ ਮਜੀਠੀਆ ਜੀ ਨੂੰ ਯਾਦ ਨਹੀਂ ਹੈ ਕਿ ਅਟਲ ਜੀ ਦੀ ਸਰਕਾਰ ਵੀ ਅਸੀਂ ਉਹਨਾਂ ਦੀ ਲੀਡਰਸ਼ਿਪ 'ਚ 6 ਸਾਲ ਚਲਾਈ ਔਰ ਸਾਡੀ ਡਿਪਲੋਮੇਸੀ ਬਹੁਤ ਸਫਲ ਰਹੀ। ਔਰ ਉਸ ਤੋਂ ਬਾਅਦ ਅੱਜ ਨਰਿੰਦਰ ਮੋਦੀ ਜੀ ਨੂੰ ਵੀ ਪੂਰੀ ਦੁਨੀਆ ਸਤਿਕਾਰ ਕਰਦੀ ਆ। ਪੂਰੀ ਪੂਰੀ ਦੁਨੀਆ ਉਹਨਾਂ ਦੀ ਲੀਡਰਸ਼ਿਪ ਦਾ ਸਨਮਾਨ ਕਰਦੀ ਆ। ਔਰ ਉਹਨਾਂ ਦੇ ਨਾਲ ਬੜੇ ਐਕਸਪੀਰੀਅੰਸਡ ਸਬ ਮਿਨਿਸਟਰਸ ਨੇ ਔਰ ਸਲਾਹਕਾਰ ਨੇ ਔਰ ਇਸ ਦੇ باوجود ਵੀ ਇਹ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜੇ ਪਾਕਿਸਤ ਹਜੇ ਸਰਕਾਰ ਦਾ ਕੱਲ ਜੋ ਸਟੈਂਡ ਹੋਣਾ ਭਾਰਤ ਸਰਕਾਰ ਦਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਉਹ ਦੇਖ ਲੈਣਾ ਚਾਹੀਦਾ ਕਿਉਂਕਿ ਅੱਜ ਇੱਕ ਬੜਾ ਸਿੰਪਲ ਬੜਾ ਫਾਸਟ ਜਿਹਾ ਸਵਾਲ ਹੈ ਜਦੋਂ ਬਾਰਡਰ ਦੇ ਉੱਪਰ ਸਾਡੇ دہشتਗਰ ਜਿਹੜੇ ਉਹਨਾਂ ਦੇ ਨੇ ਉਹ ਸਾਡੇ ਫੌਜੀਆਂ ਨੂੰ ਸ਼ਹੀਦ ਕਰ ਰਹੇ ਨੇ ਉਹਨਾਂ ਦੀ ਜਾਨ ਲੈ ਰਹੇ ਨੇ ਅਸੀਂ ਉਹਨਾਂ ਨੂੰ ਮਹਿਮਾਨ ਕਿਉਂ ਬਣਾਈਏ ਅਸੀਂ ਉਹਨਾਂ ਨੂੰ ਮਹਿਮਾਨ ਨਹੀਂ ਬਣਾਇਆ ਇਹ ਇੱਕ ਕੋਆਰਡੀਨੇਸ਼ਨ ਕਮੇਟੀ ਆ ਜਿਹੜੀ ਸੱਦਾ ਦਿੰਦੀ ਆ ਮੈਂਬਰ ਕੰਟਰੀਜ਼ ਨੂੰ ਉਸ ਦੇ ਵਿੱਚ ਜਾਂ ਤਾਂ ਅਸੀਂ ਇਹਨੂੰ ਪੋਸਟਪੋਨ ਕਰ ਦਿੰਦੇ ਜਾਂ ਕਿਸੇ ਦੂਸਰੇ ਕੰਟਰੀ 'ਚ ਹੁੰਦਾ ਕਿ ਪਾਕਿਸਤਾਨ ਦਾ ਬਾਈਕਾਟ ਨਹੀਂ ਕੀਤਾ ਜਾ ਸਕਦਾ ਸੀ ਜਿਸ ਤਰ੍ਹਾਂ ਸਾਖ ਕਿਚ ਹੋਇਆ ਇਹ ਇਸ ਐਸੇ 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 ਮੰਚਾਂ 'ਤੇ ਬਾਈਕਾਟ ਨਹੀਂ ਹੁੰਦੇ ਬਲਵਿੰਦਰ ਜੀ ਔਰ ਇਹ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਇਹ ਇੱਕ ਅੱਛੀ ਗੱਲ ਨਹੀਂ ਹੈ ਪਾਕਿਸਤਾਨ ਆਇਆ ਪਾਕਿਸਤਾਨ ਨੂੰ ਕੀ ਸੰਦੇਸ਼ ਸਾਡੀ ਸਰਕਾਰ ਦੇ ਰਹੀ ਹੈ ਉੱਥੇ ਉਹ ਕੱਲ ਦੇਖ ਲੋ ਔਰ ਬੜਾ ਸਖਤ ਸੰਦੇਸ਼ ਹੋਏਗਾ ਔਰ ਉਹ ਦੇਸ਼ ਜਿਹੜਾ ਉਹਦੇ ਤੇ ਮਾਨ ਕਰੇਗਾ ਔਰ ਦੁਨੀਆ ਵੀ ਉਸ ਨੂੰ ਦੇਖੇਗੀ ਔਰ ਪਾਕਿਸਤਾਨ ਨੂੰ ਕਹੇਗੀ ਕਿ ਉਹ ਪਾਕਿਸਤਾਨ ਗਲਤ ਆ ਇਸ ਕਰਕੇ ਸਰਕਾਰ ਨੂੰ ਇਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਕੋਸਣਾ ਚਾਹੀਦਾ ਕੱਲ ਕੱਲ ਤੱਕ ਸਟੈਂਡ ਦੇਖੋ ਸਾਡਾ ਠੀਕ ਹੈ ਚਲੋ ਜੋ اپੋਜੀਸ਼ਨ ਪਾਰਟੀਆਂ ਕਹਿ ਰਹੀਆਂ ਕਿ ਠੀਕ ਹੈ ਅਸੀਂ 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 ਪਰਸਨਲ ਕਿਸੇ ਦੇ ਉੱਪਰ ਨਹੀਂ ਕਰਨਾ ਚਾਹੁੰਦੇ ਮੇਰਾ ਸਿੱਧਾ ਜਿਹੜਾ ਗੱਲ ਹੈ ਪਾਲਿਸੀ ਨੂੰ ਲੈ ਕੇ ਜੋ ਪਾਲਿਸੀ ਦੀ ਗੱਲ ਕੀਤੀ ਜਾਂਦੀ ਹੈ ਜੋ ਯੂਪੀਏ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਯੂਪੀਏ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਸੀ ਉਹੀ ਹੁਣ ਆਪੋਜੀਸ਼ਨ ਐਨਡੀਆ ਸਰਕਾਰ ਦੇ ਉੱਪਰ ਲਗਾ ਰਹੀ ਹੈ ਇਹ ਹੀ ਮੇਰਾ ਮੇਜਰ ਸਵਾਲ ਸੀ ਮੇਜਰ ਮੇਜਰ ਜਰਨੈਲ ਸਿੰਘ ਜੀ ਜੋ ਜੋ ਅਜੀਤ ਗਰੇਵਾਲ ਜੀ ਕਹਿ ਰਹੇ ਕਿ ਬਾਈਕਾਟ ਕੀਤਾ ਨਹੀਂ ਜਾ ਸਕਦਾ ਸੀ ਤੁਸੀਂ ਸਹਿਮਤ ਹੋ ਇਸ ਤੋਂ ਬਿਲਕੁਲ ਸਹਿਮਤ ਨਹੀਂ ਹਾਂ ਜੀ ਇਸ ਨਾਲ ਬਾਈਕਾਟ ਕਿਉਂ ਨਹੀਂ ਕੀਤਾ ਜਾ ਸਕਦਾ ਪਿਛਲੇ 20 ਸਾਲ ਤੋਂ ਹਰ ਰੋਜ਼ ਦੋ ਬੋਡੀ ਬੈਗ ਜੰਮੂ ਕਸ਼ਮੀਰ ਤੋਂ ਆ ਰਹੇ ਨੇ ਸਾਡੇ ਸੋਲਜਰਸ ਦੇ ਤੇ 16000 ਸਾਡੇ ਫੌਜੀ ਜੰਮੂ ਕਸ਼ਮੀਰ ਚ ਮਾਰੇ ਗਏ ਨੇ ਅਜੇ ਤੱਕ ਇਹ ਦੁਨੀਆ ਨੂੰ ਪਤਾ ਨਹੀਂ ਲੱਗਾ ਕਿ ਅੱਤਵਾਦੀ ਜਿਹੜੇ ਨੇ ਉਹ ਪਾਕਿਸਤਾਨ ਤੋਂ ਪੈਦਾ ਹੁੰਦੇ ਨੇ ਪਾਕਿਸਤਾਨ ਇੱਕ ਟੈਰਰਿਸਟ ਸਟੇਟ ਹੈ ਤੇ 16-20 ਸਾਲਾਂ ਦੇ ਵਿੱਚ ਹਮ 99 ਤੋਂ ਵੀ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਹੈ ਕੰਮ ਇਹ سلسلہ ਮੁੱਦਾ ਇਹ ਹੈ ਇੱਥੇ ਕਿ મોદી ਸਾਹਿਬ ਨੂੰ ਆਪਣਾ ਅਮੇਜ ਚਮਕਾਣ ਦੀ ਚਲੋ ਠੀਕ ਹੈ ਜਰੂਰਤ ਹੈ ਸਾਡੇ ਸোলਜਰ ਦੀ ਸਾਨੂੰ ਇਹ ਜਿਸੇ ਸਵਾਲ ਦਾ ਇਸ ਦੇ ਵਾਰੀ ਵਾਰੀ ਗਰੇਵਾਲ ਸਾਹਿਬ ਦੇ ਉੱਪਰ ਜਵਾਬ ਦੇ ਰਹੇ ਨੇ